ਕੀ ਨਾਮ ਹੈ ਭਾਈ ਨਾਮ ਮੇਰਾ ਹਰਜਿੰਦਰ ਸਿੰਘ ਕੀ ਜ਼ਰੂਰਤ ਪੈ ਗਈ ਇਸ ਤਰ੍ਹਾਂ ਆਪਣੇ ਆਪ ਨੂੰ ਸ਼ੋਅ ਕਰਨ ਦੀ ਕਿਉਂਕਿ ਤੁਹਾਡੇ ਵੱਲੋਂ ਜਿਹੜਾ ਪ੍ਰੋਸੈਸ ਕੀਤਾ ਜਾ ਰਿਹਾ ਉਹਦੇ ਬਾਰੇ ਸਰ ਕੀ ਕਰੀਏ ਲੋਕੀ ਇਹਨੂੰ ਬਿਜ਼ਨਸ ਲੈ ਕੇ ਚੱਲਦੇ ਬਟ ਇਹ ਸਾਡਾ ਹੈਗਾ ਪੈਸ਼ਨ ਠੀਕ ਹੈ ਜੀ 10 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ ਆਏ ਇੱਥੋਂ ਹੀ ਅਸੀਂ ਆਪਣੀ ਰੋਟੀ ਰੋਟੀ ਖਾਣੀ ਹੈ ਇੱਥੋਂ ਹੀ ਆਪਣੇ ਬੱਚੇ ਪਾਲਣੇ ਆ ਅਗਰ ਸਾਡਾ ਪ੍ਰੋਫੈਸ਼ਨ ਹੀ ਬੰਦ ਹੋ ਜਾਏਗਾ ਤਾਂ ਅਸੀਂ ਕਿੱਥੋਂ ਆਪਣੇ ਢਿੱਡ ਪਾਲਾਂਗੇ ਸਾਨੂੰ ਨਹੀਂ ਸਮਝ ਆ ਰਹੀ ਗੌਰਮੈਂਟ ਦੀ ਕੀ ਟੈਕਨੀਕ ਹੈ ਕੀ ਮਤਲਬ ਸੋਚਦੀ ਹੈ ਸਾਡੇ ਬਾਰੇ ਕੁਛ ਕੁਛ ਸਾਨੂੰ ਸਮਝ ਨਹੀਂ ਲੱਗੀ ਹਜੇ ਤੱਕ ਕੀ ਮੰਗ ਕੀ ਕਰਦੇ ਹੋ ਕੀ ਵਜ੍ਹਾ ਤੁਹਾਨੂੰ ਮੰਗ ਇਹੋ ਕਰਦੇ ਜਾਂ ਤਾਂ ਸਾਡੇ ਅਗਰ ਜਿੰਮ ਬੰਦ ਹੈ ਅਤੇ ਠੇਕੇ ਵਗੈਰਾ ਜਿੱਥੋਂ ਇਹਨਾਂ ਦੀ ਗੌਰਮੈਂਟ ਇਨਕਮ ਹੋ ਰਹੀ ਉਹ ਵੀ ਬੰਦ ਕਰ ਦੇਣ ਸਾਡੇ ਇਹੋ ਮੰਗ ਹੈ ਕਿ ਜਿੰਮ ਜਲਦੀ ਤੋਂ ਜਲਦੀ ਖੋਲ੍ਹੇ ਜਾਣ ਜੋ ਅਸੀਂ ਆਪਣੇ ਪਰਿਵਾਰ ਦਾ ਢਿੱਡ ਪਾਲ ਸਕੀਏ ਅਸੀਂ ਆਪਣੇ ਘਰੋਂ ਜੋ ਵੀ ਸਾਡੀ ਸੇਵਿੰਗ ਤਾਂ ਹੈ ਨਹੀਂ ਹੈ ਜੋ ਅਸੀਂ ਲੈ ਮਤਲਬ ਹੈ ਬਚਾਇਆ ਸੀ ਮਾੜਾ ਮੋਟਾ ਉਹੀ ਅਸੀਂ ਬੱਚਿਆਂ ਨੂੰ ਖਵਾ ਪਿਆ ਰਹੇ ਹਾਂ ਬਾਕੀ ਅਦਾਰਿਆਂ ਨੂੰ ਜਿਹੜੀ ਛੂਟ ਦੇ ਦਿੱਤੀ ਗਈ ਹੈ 9 ਤੋਂ ਲੈ ਕੇ 5 ਵਜੇ ਤੱਕ ਦੁਕਾਨਦਾਰ ਆਪਣੀ ਦੁਕਾਨਾਂ ਨੂੰ ਖੋਲ੍ਹ ਸਕਣਗੇ ਜਿੰਮ ਬੰਦ ਕੀਤੇ ਕੀ ਕਹਿਣਾ ਚਾਹੋਗੇ ਸਰ ਅਸੀਂ ਵੀ ਕਹਿੰਦੇ ਹਾਂ ਕਿ ਤੁਸੀਂ ਗੌਰਮੈਂਟ ਦੇ ਅਕੋਰਡਿੰਗ ਕਿ ਤੁਸੀਂ ਸਵੇਰੇ 6 ਵਜੇ ਤੋਂ ਲੈ ਕੇ ਫਲੈਟ ਸਾਨੂੰ ਵੀ ਪਰਮਿਸ਼ਨ ਦਿੱਤੀ ਜਾਵੇ ਕੋਈ 5 ਵਜੇ ਤੱਕ ਜਿੰਮ ਖੋਲ੍ਹ ਲੈਣ ਹੋਰ ਸਾਡੀ ਕੋਈ ਮੰਗ ਨਹੀਂ ਹੈ ਤਾਂ ਕਿ ਸਾਡੇ ਘਰ ਸਾਡੇ ਵੀ ਘਰ ਚੱਲ ਸਕਣ ਹਾਲੇ ਤੱਕ ਇਹ ਜਿੰਮ ਨੂੰ ਬੰਦ ਹੀ ਰੱਖਿਆ ਗਿਆ ਪਿਛਲੇ 1 ਸਾਲ ਤੋਂ ਲੈ ਕੇ ਅਤੇ ਹੁਣ ਤੱਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲ ਜਿੰਮ ਨੂੰ ਖੋਲ੍ਹਣ ਦੀ ਨਹੀਂ ਕੀਤੀ ਗਈ ਕੀ ਕਹਿਣਾ ਚਾਹੋਗੇ ਸਰ ਕੀ ਕਹਿਣਾ ਗੌਰਮੈਂਟ ਨੂੰ ਸਭ ਪਤਾ ਲੱਗਦਾ ਸਰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਅਸੀਂ ਕੱਪੜੇ ਲਾ ਕੇ ਸੜਕਾਂ 'ਤੇ ਆਏ ਹਾਂ ਇਸ ਤੋਂ ਵੱਡੀ ਗੱਲ ਕੀ ਹੋਰ ਜਿੱਥੇ ਅਸੀਂ ਆਪਣੇ ਸਰੀਰ ਨੂੰ ਜਿੰਨਾ ਹੀ ਢੱਕ ਕੇ ਰੱਖਦੇ ਹਾਂ ਸਾਨੂੰ ਸ਼ੋਅ ਕਰਨਾ ਪੈ ਰਿਹਾ ਕਿ ਯਾਰ ਦੇਖੋ ਸਾਡੇ ਬਾਰੇ ਕੁਝ ਸੋਚੋ ਜਿੱਥੇ ਇਮਿਊਨਿਟੀ ਬਣਨੀ ਚਾਹੀਦੀ ਉਹ ਦਾਰਿਆਂ ਨੂੰ ਬੰਦ ਕੀਤਾ ਯਾਰ ਖੋਲ੍ਹਿਆ ਹੋਇਆ ਉਹਦੇ ਬਾਰੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਅੰਨੀ ਬੋਲੀ ਹੋ ਚੁੱਕੀ ਸਰ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਕੋਈ ਕੰਨ 'ਤੇ ਜੂੰ ਰੇਕੇਗੀ ਬਟ ਸਾਡਾ ਫਰਜ਼ ਹੈ ਕਿ ਆਪਣੇ ਆਪਾਂ ਕੋਸ਼ਿਸ਼ ਕਰਦੇ ਰਹੀਏ ਹਾਂਜੀ ਭਾਅ ਜੀ ਕੀ ਨਾਮ ਹੈ ਮੇਰਾ ਨਾਮ ਸਰ ਅਰਮਾਨ ਕੋਹਲੀ ਸਰ ਜਿੰਮ ਬੰਦ ਨੇ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਲਾਸਟ ਈਅਰ ਵੀ ਜਿੰਮ ਬੰਦ ਸੀ 7 ਮਹੀਨੇ ਜਿੰਮ ਬੰਦ ਰਹੇ ਉਸ ਤੋਂ ਬਾਅਦ ਸਾਰਾ ਕੁਝ ਖੋਲ੍ਹਿਆ ਗਿਆ ਜਿੰਮ ਵੀ ਖੁੱਲ੍ਹੇ ਹੁਣ ਫਿਰ ਸਭ ਕੁਝ ਬੰਦ ਕੀਤਾ ਗਿਆ ਠੀਕ ਹੈ ਜੀ ਗਾਈਡਲਾਈਨਸ ਦੇ ਅਕੋਰਡਿੰਗ ਵਪਾਰੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜੀ ਠੇਕੇ ਖੁੱਲ੍ਹੇ ਆ ਜੀ ਸਾਰਾ ਕੰਮ ਕਾਰ ਖੁੱਲ੍ਹਾ ਸਿਰਫ ਜਿੰਮ ਬੰਦ ਹੈ ਜਿੰਮ ਲਈ ਕੋਈ ਗਾਈਡਲਾਈਨਸ ਨਹੀਂ ਗੀਆਂ ਉਹ ਕਿਉਂ ਸਰਕਾਰਾਂ ਵੱਲੋਂ ਜਿਵੇਂ ਗੱਲ ਕੀਤੀ ਗਈ ਲੈਫਟ ਰਾਈਟ ਦੀ ਜਗ੍ਹਾ ਹੁਣ ਸਾਰੀ ਦੁਕਾਨਾਂ ਖੁੱਲ੍ਹਣਗੀਆਂ ਅਤੇ ਜਿੰਮ ਨੂੰ ਬੰਦ ਕੀਤਾ ਗਿਆ ਇਹਦੇ ਕੀ ਕਾਰਨ ਸਮਝਦੇ ਹੋ ਸਰ ਕਾਰਨ ਦੇਖੋ ਕਈ ਸਟੇਟਸ ਨੇ ਯੋਗਾ ਸੈਂਟਰ ਆ ਉੱਥੇ ਉਹ ਯੋਗਾ ਕਰਵਾ ਰਹੇ ਨੇ ਲੋਕ ਇਮਿਊਨਿਟੀ ਵਧਾਉਂਦੇ ਨੇ ਸਾਡੇ ਜਿੰਮ ਦਾ ਵੀ ਇਹੋ ਕੰਮ ਹੈ ਕਿ ਇਮਿਊਨਿਟੀ ਬੂਸਟ ਕਰਦਾ ਹੈ ਠੀਕ ਹੈ ਸਾਨੂੰ ਵੀ ਗਾਈਡਲਾਈਨਸ ਦਿਓ ਅਸੀਂ ਵੀ ਖੋਲ੍ਹ ਪਾਈਏ ਸਾਡੇ ਵੀ ਖਰਚੇ ਨੇ ਜਿੰਮ ਔਨ ਰੈਂਟ ਹੁੰਦੇ ਨੇ ਰੈਂਟਸ ਪੇ ਕਰਨੇ ਬਿਜਲੀ ਦੇ ਬਿੱਲ ਦੇਣੇ ਸਾਰਾ ਕੁਝ ਕਰਨਾ ਅਗਰ ਸਰਕਾਰ ਸਾਨੂੰ ਗਾਈਡਲਾਈਨਸ ਦੇ ਦਿੰਦੀ ਅਸੀਂ ਗਾਈਡਲਾਈਨਸ ਦੇ ਅਕੋਰਡਿੰਗ ਚੱਲਾਂਗੇ ਹੋਰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਸਰ ਬਹੁਤ ਮੁਸ਼ਕਲ ਆ ਰਹੀ ਹੈ ਸਟਾਫ ਹੈ ਸਾਡੇ ਕੋਲ 5 ਬੰਦਿਆਂ ਦਾ ਸਟਾਫ ਨੇ 2-2 ਜਿਮਸ ਨੇ ਸਾਰਿਆਂ ਦੇ ਰੈਂਟ ਬਿਜਲੀ ਦਾ ਬਿੱਲ ਸਟਾਫ ਨੂੰ ਖਰਚਾ ਦੇਣਾ ਹੁੰਦਾ ਹੈ ਇਨਕਮ 0 ਹੋਈ ਹੋਈ ਹੈ ਬਿਲਕੁਲ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਲਗਾਤਾਰ ਜਿਹੜਾ ਵਾ ਉਹ ਪਹਿਲਾਂ ਵੀ ਦੁਕਾਨਾਂ ਬੰਦ ਰਹੀਆਂ ਅਤੇ ਹੁਣ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ ਪਰ ਜਿੰਮ ਬੰਦ ਨੇ ਸਰ ਹੁਣ ਇਹੋ ਹੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਤੁਸੀਂ ਸਾਡੇ ਬਾਰੇ ਵੀ ਕੁਝ ਸੋਚੋ ਜਿੰਮ ਖੋਲ੍ਹੋ